ਸਭ ਤੋਂ ਪਹਿਲਾਂ ਤਾਂ ਸਾਂਝ ਕਰੀਏ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਲੱਗ ਰਿਹਾ ਕਿ ਅੱਜ ਸਰਵ ਧਰਮ ਸੰਮੇਲਨ ਜਿਹੜਾ ਹੈਗਾ ਇਹ ਰਾਮਗੜੀਆ ਫੈਡਰੇਸ਼ਨ ਆਫ ਹਰਿਆਣਾ ਸੋਨੀਪਤ ਯੂਨਿਟ ਦੀ ਤਰਫ ਤੋਂ ਜਿਹੜਾ ਕੀਤਾ ਜਾ ਰਿਹਾ ਔਰ ਇਹਦੇ ਵਿੱਚ ਅਸੀਂ ਗੁਰੂ ਨਾਨਕ ਦੇਵ ਜੀ ਦਾ ਅੱਜ 550ਵਾਂ ਪ੍ਰਕਾਸ਼ ਉਤਸਵ ਔਰ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਦਾ 296 ਜਨਮ ਸਾਲਾ ਜਿਹੜਾ ਹੈਗਾ ਜਨਮ ਦਿਵਸ ਜਿਹੜਾ ਹੈਗਾ ਮਨਾ ਰਹੇ ਹੈਗਾ। ਮੈਨੂੰ ਅੱਜ ਦੇਖ ਕੇ ਬੜੀ ਖੁਸ਼ੀ ਹੋਈ ਹੈ ਕਿ ਸਾਡੇ ਜਿਹੜੀ ਅਮਨੀਤ ਕੌਰ ਜਿਹੜੀ ਆਪਣਾ 75,000 ਵੋਟਾਂ ਤੋਂ ਵੀ ਜਿਹੜੇ ਜਿੱਤ ਕੇ ਜਿਹੜੀ ਆਪਣਾ ਮੇਅਰ ਬਣੀ ਲੜਕੀ ਉਹ ਵੀ ਸਾਡੇ ਵਿੱਚ ਸ਼ਾਮਿਲ ਹੈ ਔਰ ਗਿਆਨੀ ਜੈਲ ਸਿੰਘ ਜੀ ਦੇ ਵੀ ਪੋਤੇ ਵੀ ਇੱਥੇ ਬੈਠੇ ਨੇ ਔਰ ਡਾਕਟਰ ਜਸਪਾਲ ਸਿੰਘ ਜੀ ਵੀ ਔਰ ਸਾਰੇ ਸਾਡੇ ਬਲਬੀਰ ਸਿੰਘ ਜੀ ਔਰ ਗੁਰਵਿੰਦਰ ਸਿੰਘ ਜੀ ਮਠਾਰੂ ਜੀ ਔਰ ਸਾਰੇ। ਮੈਂ ਜ਼ਿਆਦਾ ਟਾਈਮ ਨਹੀਂ ਲਵਾਂਗਾ। ਮੈਨੂੰ ਬਹੁਤ ਵਧੀਆ ਗੱਲ ਇੱਕ ਲੱਗੀ ਹੈਗੀ ਕਿ ਜਿਹੜੇ ਡਾਕਟਰ ਸਵਾਮੀ ਦਯਾਨੰਦ ਸਰਸਵਤੀ ਜੀ ਔਰ ਡਾਕਟਰ ਨਕਵੀ ਜੀ ਔਰ ਡਾਕਟਰ ਏ ਸੀ ਮਾਈਕਲ ਜੀ ਨੇ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਬਾਰੇ ਜੋ ਸ਼ਬਦਾਂ ਦਾ ਉਪਯੋਗ ਕੀਤਾ ਬਹੁਤ ਹੀ ਵਧੀਆ ਲੱਗਾ ਔਰ ਬਹੁਤ ਹੀ ਚੀਜ਼ ਇਸ ਚੀਜ਼ ਨੂੰ ਜਿਹੜਾ ਹੈਗਾ ਮੈਂ ਸਾਰਿਆਂ ਨੂੰ ਇੱਕ ਮਾਨ ਸਨਮਾਨ ਦੇਣਾ ਵਾਂ ਜੀ। ਮੈਂ ਰਾਮਗੜੀਆ ਫੈਡਰੇਸ਼ਨ ਆਫ ਹਰਿਆਣਾ ਯੂਨਿਟ ਦੇ ਪ੍ਰੈਜ਼ੀਡੈਂਟ ਸਰਦਾਰ ਜਸਵੰਤ ਸਿੰਘ ਹੰਜਾਰਾ ਜੀ ਨੂੰ, ਚੇਅਰਮੈਨ ਸਰਦਾਰ ਤਰਲੋਕ ਸਿੰਘ ਡਡਿਆਲਾ ਜੀ ਨੂੰ ਔਰ ਜਿਹੜੇ ਆਪਣੇ ਜਨਰਲ ਸੈਕਟਰੀ ਹੈਗੇ ਨੇ ਸਰਦਾਰ ਭੁਪਿੰਦਰ ਸਿੰਘ ਜੰਡੀ ਜੀ ਨੂੰ ਔਰ ਸਰਵਨਜੀਤ ਸਿੰਘ ਜੀ ਜਿਹੜੇ ਸਟੇਟ ਸੈਕਟਰੀ ਹੈਗੇ ਨੇ, ਆਮ ਤੌਰ 'ਤੇ ਭੁੱਲ ਜਾਂਦਾ ਸਟੇਟ ਸੈਕਟਰੀ ਦਾ ਕਹਿਣਾ, ਅਤੇ ਉਹਨਾਂ ਨੂੰ ਵੀ ਔਰ ਸਾਰੀ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਦੇਣਾ ਵਾ ਜੀ। ਔਰ ਮੈਂ ਇੱਕ ਚੀਜ਼ ਬੜੀ ਵਧੀਆ ਚੰਗੀ ਮੈਨੂੰ ਲੱਗ ਰਹੀ ਹੈਗੀ ਹੈ ਕਿ ਹੁਣ ਇਹੋ ਜਿਹਾ ਕੰਮ ਹੁਣ ਹੋ ਰਿਹਾ ਹੈ ਕਿ ਅਸੀਂ ਸਾਰੇ ਰਾਮਗੜੀਆ ਜਿਹੜੇ ਹੈਗੇ ਨਾ ਇਕੱਠਾ ਹੋ ਕੇ ਪ੍ਰੋਗਰਾਮ ਵਾਰ ਵਾਰ ਜਿਹੜਾ ਅਸੀਂ ਪ੍ਰੋਗਰਾਮ ਕਰਦੇ ਪਏ ਗਿਆ ਔਰ ਇਹਦੇ ਰਾਮਗੜੀਆ ਦੇ ਜਿਹੜੇ ਪ੍ਰੋਗਰਾਮ ਅਸੀਂ ਕਰਦੇ ਪਿਆ ਗਿਆ ਇਹਦੇ ਸਿਰਫ ਇੱਕ ਰਾਮ ਬਾਈ ਤੋਂ ਵੈਸੇ ਕਹਿੰਦੇ ਯਾਰ ਬੰਦ ਕਰ ਦਿੱਤੀ ਹੈ ਅਤੇ ਜਿਹਦੇ ਸਾਰਾ ਦਾ ਸਾਰਾ ਗੱਲ ਬਹੁਤ ਵਧੀਆ ਅੱਛਾ ਲੱਗਦਾ ਪਿਆ ਹੈਗਾ ਕਿ ਹੁਣ ਸਾਡੇ ਘੱਟ ਤੋਂ ਘੱਟ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਦਾ ਜਿਹੜਾ ਸਿਰਫ ਸਵਾਲ ਸਿਰਫ ਮਹਾਰਾਜਾ ਜੱਸਾ ਸਿੰਘ ਜੀ ਦਾ ਨਹੀਂ ਹੈਗਾ, ਮਹਾਰਾਜਾ ਬਘੇਲ ਸਿੰਘ ਜੀ ਦਾ ਵੀ ਹੈਗਾ ਔਰ ਜਿਹੜੇ ਮਹਾਰਾਜਾ ਜੱਸਾ ਸਿੰਘ ਜੀ ਜਿਹੜੇ ਆਲੂ ਵਾਲੀ ਹੈਗੀ ਉਹਨਾਂ ਦਾ ਵੀ ਹੈਗਾ। ਅਸੀਂ ਸਾਰਿਆਂ ਦਾ ਹੀ ਨਾਂ ਲੈਣਾ, ਇੱਕ ਬੰਦੇ ਦਾ ਨਾਂ ਨਹੀਂ ਲੈਣਾ, ਅਤੇ ਅਸੀਂ ਸਾਰਿਆਂ ਦੇ ਸਾਰੇ ਜਿਹੜੇ ਸਾਡੇ ਯੋਧਾ ਰਹੇ ਨੇ ਅਸੀਂ ਉਹਨਾਂ ਨੂੰ ਸਰਕਾਰ ਨਾਲ ਲੈਣਾ। ਔਰ ਮੈਂ ਇੱਕ ਗੱਲ ਬੜੀ ਵਧੀਆ ਕਹਿੰਦਾ ਕਿ ਨਕਵੀ ਸਾਹਿਬ ਨੇ ਜੋ ਤਰੀਕੇ ਦੇ ਨਾਲ ਜੋ ਪੇਸ਼ ਕੀਤਾ ਹੈਗਾ ਕਿ ਉਹਨਾਂ ਨੇ ਕਿਹਾ ਕਿ ਮੈਂ ਪ੍ਰੋਫੈਸਰ ਔਰ ਮੈਂ ਸਭ ਕੁਝ ਰਿਹਾ ਹੈਗਾ ਔਰ ਇਹਨਾਂ ਨੇ ਸਾਰੇ ਦਾ ਸਾਰਾ ਗੁਰਬਾਣੀ ਦੇ ਬਾਰੇ ਆਪ ਸਭ ਨੂੰ ਔਰ ਸਾਰਿਆਂ ਨੂੰ ਇੱਕ ਜਿਹੜੀ ਗੱਲ ਦੱਸੀ, ਇਹ ਸਾਨੂੰ ਵੀ ਸੁਚੇਤ ਹੋ ਜਾਣਾ ਚਾਹੀਦਾ ਕਿ ਅਸੀਂ ਹੈ ਕੌਣ ਆ, ਸਾਡੀ ਅਸੀਂ ਰਾਮਗੜੀਆ ਮਿਸਲ ਹੈਗੇ, ਅਸੀਂ ਰਾਮਗੜੀਆ ਕੋਈ ਕੌਮ ਨਹੀਂ ਹੈਗੇ, ਅਸੀਂ ਇੱਕ ਰਾਮਗੜੀਆ ਮਿਸਲ ਹੈਗੇ ਹਾਂ। ਬਹੁਤਾ ਨਾ ਜ਼ਿਆਦਾ ਕਹਿੰਦੇ ਹੋਏ ਮੈਂ ਇੱਕੋ ਗੱਲ ਕਹਾਂਗਾ ਕਿ ਜਿਸ ਤਰ੍ਹਾਂ ਪਿਛਲੇ ਸਾਲ ਵੀ ਹੈਗੇ ਰਾਮਗੜੀਆ ਬੋਰਡ ਦਿੱਲੀ ਦੇ ਜਿਹੜਾ ਹੈਗਾ ਬਹੁਤ ਵੱਡਾ ਇੱਕ ਪ੍ਰੋਗਰਾਮ ਜਿਹੜਾ ਕੀਤਾ ਸੀਗਾ ਜਿਹਦੇ 'ਚ ਅਪਰੋਕਸੀਮੇਟਲੀ 1200-1300 ਜਿਹੜੇ ਰਾਮਗੜੀਆ ਨੇ ਦਿੱਲੀ ਦੇਸ਼ ਦੇ ਕੋਨੇ ਕੋਨੇ ਤੋਂ ਪਹੁੰਚ ਕੇ ਜਿਹੜਾ ਹੈਗਾ ਉੱਥੇ ਪ੍ਰੋਗਰਾਮ ਨੂੰ ਬੜਾ ਕਾਮਯਾਬ ਬਣਾਇਆ ਸੀਗਾ। ਅਤੇ ਇਸ ਵਾਰ ਵੀ ਜਿਹੜਾ 5 ਮਈ ਨੂੰ ਜਿਹੜਾ ਪ੍ਰੋਗਰਾਮ ਕੀਤਾ ਗਿਆ ਰਾਮਗੜੀਆ ਬੋਰਡ ਦਿੱਲੀ ਦੀ ਤਰਫ ਤੋਂ, ਅਤੇ ਮੈਂ ਕਹਿੰਦਾ ਉਹਦੇ ਵਿੱਚ ਵੀ ਆਪ ਸਭ ਦੇਖੋ ਕਿ 2000 ਤੋਂ ਲੈ ਕੇ 2500 ਜਿਹੜੇ ਸਾਡੇ ਰਾਮਗੜੀਆ ਨੇ ਉੱਥੇ ਜਾ ਕੇ ਪਹੁੰਚ ਕੇ ਪ੍ਰੋਗਰਾਮ ਨੂੰ ਬਹੁਤ ਹੀ ਵੱਡਾ ਜਿਹੜਾ ਹੈਗਾ ਨਾ ਬਹੁਤ ਹੀ ਵੱਡਾ ਕਾਮਯਾਬ ਕੀਤਾ। ਮੈਂ ਕਹਿੰਦਾ ਵਾਂ ਕਿ ਅੱਜ ਜਿਸ ਤਰ੍ਹਾਂ ਰਾਮਗੜੀਆ ਬੋਰਡ ਨੇ ਅਗਰ ਕੋਈ ਕੰਮ ਕੀਤਾ ਹੈਗਾ ਜਾਂ ਜਿਹੜੇ ਰਾਮਗੜੀਆ ਫੈਡਰੇਸ਼ਨ ਆਫ ਹਰਿਆਣਾ ਸੋਨੀਪਤ ਯੂਨਿਟ ਕੰਮ ਕਰਦਾ ਪਿਆ, ਇਸੇ ਤਰੀਕੇ ਨਾਲ ਹੀ ਅਸੀਂ ਪੂਰੇ ਦੇ ਪੂਰੇ ਹਿੰਦੁਸਤਾਨ ਦੇ ਅਗਰ ਜਿਹੜੇ ਵੀ ਰਾਮਗੜੀ ਅਗਰ ਕੋਈ ਵੀ ਸਾਡੀ ਸੰਸਥਾ ਬਣੀ ਹੈਗੀ ਹੈ ਇਹੋ ਜਿਹੇ ਅਗਰ ਪ੍ਰੋਗਰਾਮ ਕਰਾਂਗੇ ਤਾਂ ਉਹ ਦਿਨ ਦੂਰ ਕੋਈ ਕਿ ਸਾਡੀ ਜਿਹੜੀ ਪਹਿਚਾਣ ਜਿਹੜੀ ਪਿੱਛੇ ਛੁਪੀ ਗਈ ਹੈ ਛੁਪਾਈ ਗਈ ਹੈ ਔਰ ਅਸੀਂ ਆਪਣੇ ਆਪ ਨੂੰ ਰਾਮਗੜੀਏ ਕਹਿਣ ਅਤੇ ਸਾਡੇ ਬੱਚੇ ਕਹਿਣ ਅਤੇ ਉਹਨਾਂ ਨੂੰ ਥੋੜ੍ਹੀ ਜਿਹੀ ਪ੍ਰੋਬਲਮ ਨਜ਼ਰ ਆਉਂਦੀ ਪਈ ਹੈ, ਇਹ ਜਦੋਂ ਸਾਰੇ ਦੇ ਸਾਰੇ ਪ੍ਰੋਗਰਾਮ ਹੋਣਗੇ ਤਾਂ ਆਪ ਸਭ ਨੂੰ ਮਾਣ ਹੋਏਗਾ ਸਨਮਾਨ ਹੋਏਗਾ। ਅਤੇ ਮੈਂ ਇੱਕ ਵਾਰੀ ਸਭ ਨੂੰ ਕਹਾਂਗਾ ਕਿ ਕਿਸੇ ਨੂੰ ਵੀ ਕਹਿਣ ਗੁਰੇਜ਼ ਨਹੀਂ ਹੋਣੀ ਚਾਹੀਦੀ ਕਿ ਅਸੀਂ ਰਾਮਗੜੀਏ ਵਾਂ, ਕਹਿਣ ਦੀ ਹਰ ਬੰਦੇ ਨੂੰ ਸਮਝਾਉਣ ਦੀ ਤੁਹਾਨੂੰ ਲੋੜ ਹੈ ਕਿ ਅਸੀਂ ਰਾਮਗੜੀਆਂ। ਮੈਂ ਬਹੁਤਾ ਨਹੀਂ ਆਪ ਜੀ ਦਾ ਟਾਈਮ ਲੈਂਦਾ ਕਿਉਂਕਿ ਮੇਰਾ ਵੀ ਇੱਕ ਜਗ੍ਹਾ ਹੋਰ ਵੀ ਪ੍ਰੋਗਰਾਮ ਹੈਗਾ, ਮੈਂ ਉੱਥੇ ਵੀ ਜਾਣਾ ਹੈਗਾ ਅਤੇ ਸਾਰਿਆਂ ਕੋਲੋਂ ਮੈਂ ਵਿਦਾ ਲੈਣਾ ਜੀ ਇਹਨਾਂ ਗੱਲਾਂ ਨਾਲ ਹੀ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜੀ ਸਰਦਾਰ ਗੁਰਮਿੰਦਰ ਸਿੰਘ ਮਠਾਰੂ ਜਿਹੜੇ ਕਿ SGPC ਮੈਂਬਰ ਵੀ ਨੇ ਉਹ ਇੱਥੇ ਪਹੁੰਚੇ ਹੋਏ ਨੇ, ਉਹਨਾਂ ਨਾਲ ਵੀ ਜੁੜਦੇ ਹਾਂ ਜੀ। ਮਠਾਰੂ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ਜੀ। ਰਾਮਗੜੀਆ ਬੋਰਡ ਦੇ ਵਿੱਚ ਕਿਹੜੇ ਕਿਹੜੇ ਅਹੁਦਿਆਂ ਦੇ ਤੁਸੀਂ? ਮੈਂ ਆਲ ਇੰਡੀਆ ਰਾਮਗੜੀਆ ਵਿਸ਼ਕਰਮਾ ਫੈਡਰੇਸ਼ਨ ਦਾ ਸਰਪ੍ਰਸਤ ਹਾਂ ਜੀ। ਰਾਮਗੜੀਆ ਬੋਰਡ ਦਿੱਲੀ ਦਾ ਵੀ ਸਰਪ੍ਰਸਤ ਹੈਗਾ ਔਰ ਇਹਨਾਂ ਤੋਂ ਉੱਪਰ SGPC ਦਾ ਦਿੱਲੀ ਤੋਂ ਨੋਮੀਨੇਟਡ ਮੈਂਬਰ ਵੀ ਹੈਗਾ। ਔਰ ਅੱਜ ਦਾ ਪ੍ਰੋਗਰਾਮ ਜਿਹੜਾ ਅਸੀਂ ਇੱਥੇ ਕਰ ਰਹੇ ਹੈਗੇ ਮਹਾਰਾਜਾ ਜੱਸਾ ਸਿੰਘ ਦਾ ਡੇ ਮਨਾ ਰਹੇ ਹਾਂ ਔਰ ਗੁਰੂ ਨਾਨਕ ਜੀ ਨੂੰ ਸਮਰਪਿਤ ਉਹਨਾਂ ਦਾ ਜਿਹੜਾ 550ਵਾਂ ਸਾਲ ਆ ਰਿਹਾ ਉੱਥੇ ਸਮਰਪਿਤ ਕੀਤਾ ਹੈ ਅੱਜ ਗੁਰੂ ਮਹਾਰਾਜਾ ਜੱਸਾ ਸਿੰਘ ਦੇ ਨੇ। ਇਹ ਸਰਵਸੰਮਤ ਪ੍ਰੋਗਰਾਮ ਕੀਤਾ ਗਿਆ ਜਿਹਦੇ 'ਚ ਮੁਸਲਿਮ ਵੀ ਹੈ, ਕ੍ਰਿਸਚਨ ਵੀ ਹੈ, ਹਿੰਦੂ ਵੀ ਔਰ ਸਿੱਖ ਵੀ ਹੈ। ਇਹ ਪ੍ਰੋਗਰਾਮ ਬਹੁਤ ਗੁਰੂ ਨਾਨਕ ਦੇ ਸਿੱਖੀ ਦਾ ਉਪਦੇਸ਼ ਦੇ ਉੱਤੇ ਸਰਵ ਧਰਮ 'ਤੇ ਕੀਤਾ ਗਿਆ
और मैं मुबारकबाद दिना सोनीपत के यूनिट के रामगढ़िया फैडरेशन नू जिन्होंने सोच रहे प्रोग्राम लैके चले ने और वधाई के पात्र ने। और मैं यकीन ना कहना कि अगर असी सारे गुरु नानक दी सिक्खी च चल पाइए तो मेरा ख्याल कोई धर्म ऐसा नहीं जड़ा तो बाहर है। और मैं इस यूनिट नू बहुत बहुत बधाई देना अज के प्रोग्राम की सक्सैस वास्ते। जुड़ते हैं कि जगजीत सिंह मुद्दर साहब के नाल जो कि फैडरेशन दे रामगढ़िया फैडरेशन दे जो मुखी उन्होंने जुड़ते हैं जी। वाहेगुरु जी का खालसा वाहेगुरू जी की। हाँ जी, मैं मेरा नाम जगजीत सिंह मुदड़ है जी। मैं आल इंडिया रामगढ़िया विश्वकर्मा फेडरेशन का मैं वाइस प्रेजिडेंट है जी और रामगढ़िया बोर्ड दिल्ली का जरा है मैं सरप्रस्त है जी। और मैं एक अपना एक मेरा अपना बिजनेस है तो मैं एक बिजनेसमैन भी है जी। हाँ जी, ये जो प्रोग्राम किया गया है कि रामगढ़िया फेडरेशन ऑफ हरियाणा सोनीपत यूनिट का जो प्रोग्राम किया है जी, अब जस्सा सिंह रामगढ़ी जी का 296 जन्म दिवस मनाया गया और बाबा गुरु नानक देव जी का जो है 550 जो उत्सव जो है प्रकाश उत्सव किया गया। ये बहुत वधिया काम किया है कि जिहड़ा कि रामगढ़िया फेडरेशन ऑफ हरियाणा ने किया। इसे तरीके नाल असी कहने कि जिस तरह रामगढ़िया जिहड़े लगातार अगर प्रोग्राम करते रहेंगे वह दिन दूर नहीं है कि जिस दिन जिहड़ा है ना एक पूरे समाज के एक देश और विदेश के एक बड़ा वड्डा मैसेज जाता है कि रामगढ़िया जिहड़े हैगे ने हुण एक दूजे नाल मिलजुल के जिहड़ा है वह काम करते पे हैगे ने। तो रामगढ़िया जिहड़े एक दूजे नाल मिलजुल के काम करते पे हैगे ने ते इह जदों असीं एक दूजे नाल काम करांगे ते साडी पावर का भी पता लगेगा और साडे देश विदेश के जिहड़े साडे मेहमान साडे जिहड़े भरा भैन जिहड़े साडे बजुर्ग बाहर रहिंदे ने उन्हां नूं एक बहुत वड्डा मैसेज हैगा कि जिहड़ा है असीं बहुत ही वड्डा जिहड़ा रामगढ़िया बोर्ड जिहड़ा है रामगढ़िया इकट्ठे होकर बहुत ही वड्डा उपराला कर सकते हैं। इहदे नाल साडी ताकत इहदे नाल साडी यूनिटी और इहदे नाल साडी पावर जिहड़ी हैगी उह बणेगी और देश विदेश से साडा जिहड़ा है नाम गूंजेगा उस तरीके गूंजेगा। मैं सारे रामगढ़िया अपने बरादरी दे सारे अपने बंदियां नूं एक गल कहना चाहना वा कि रामगढ़िया जिहड़े हैगे ने आपस दे विच मिलजुल के काम करो, मिलजुल के एक दूजे नाल सलाह करो जिहदे नाल कि जिहड़ी हैगी साडी ताकत दा लोगां नूं भी पता लग सके। इहनां गल्लां नाल जी आप जी कोलों विदा लैंदा जी। वाहिगुरू जी का खालसा वाहिगुरू जी की फतह। मैं जसवंत सिंह प्रेजिडेंट रामगढ़िया फेडरेशन ऑफ हरियाणा सोनीपत। अज इत्थे 26 मई दिन एतवार नू महाराजा जसा सिंह रामगढ़िया का 296 जन्म दिहाड़ा बड़ी धूमधाम नाल मनाया गया। यह सारा जो प्रोग्राम है गुरु नानक साहब के 550 साल गुरुपुरब नू समर्पित प्रोग्राम होया जिस विच दिल्ली तो यूपी तो सारे हरियाणे तो पंजाब तो लगभग सारे शहर चों बहुत वध चढ़ के लोगों ने हिस्सा लिया। करीब 500 की गैदरिंग इत हुई है और बड़े डॉक्टर जसपाल सिंह जी, डॉक्टर एसी माइकल, प्रोफेसर निशीर नकवी जी और डॉक्टर स्वामी जी दयानंद स्वामी जी ने अपने विचार रखे और अपने साढ़े पतवंत सज्जना ने अपने विचार रखे। और यह प्रोग्राम बहुत धूमधाम मनाया गया। असी विश्वास दवाने कि अगों तो भी असी इतों वध चढ़ के असी प्रोग्राम करा और सानू सब का बहुत सहयोग मिले है। सब का बहुत बहुत धन्यवाद। वाहेगुरु जी का खालसा वाहेगुरू जी की फतह। अकाल चैनल नू सब्सक्राइब करो, नवी वीडियोस दी नोटिफिकेशन दे लई बेल आइकन नू क्लिक करना ना भूलना। बोल।